ਅਸਲਾਮ ਅਲੈਕੁਮ ਸੱਜਣੋ ਤੇ ਬੇਲੀਓ, ਮੈਂ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਸਾਰੇ ਦੋਸਤਾਂ ਦੀ ਚਾਹਤ ਤੇ ਮੁਹੱਬਤ ਦਾ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢਦੇ ਹੋ, ਵੀਡੀਓਜ਼ ਨੂੰ ਵੇਖਦੇ ਹੋ, ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ। ਅੱਜ ਦਿਨ ਨੇ ਜਿਤਵਾਰ ਦਾ ਤੇ ਇੱਕ ਦਫਾ ਫਿਰ ਸਰਗੋਧਾ ਦੇ ਸਭ ਤੋਂ ਮਸ਼ਹੂਰ ਵਪਾਰੀ ਮੁਹੰਮਦ ਹੁਰਮ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਹੁਰਮ ਸਾਹਿਬ ਨੇ ਅੱਜ ਕਮਾਲ ਕੀਤਾ, ਦਿਲ ਖੁਸ਼ ਕੀਤਾ ਇੱਕ ਦਫਾ ਫਿਰ ਦੋਸਤਾਂ ਵਾਸਤੇ ਟਾਪ ਕੁਆਲਿਟੀ ਦੇ ਸੋਹਣੇ ਤੇ ਮਾਸ਼ਾਅੱਲਾ ਜੀ ਵੱਡੀ ਜਸਾਮਤ ਵਾਲੇ ਜਾਨਵਰ ਲੈ ਕੇ ਆਏ ਨੇ। ਅੱਜ ਦੀ ਇਸ ਵੀਡੀਓ 'ਚ ਟੋਟਲ 7 ਜਾਨਵਰ ਨੇ ਮਾਸ਼ਾਅੱਲਾ ਜੀ, ਜਰਸੀ ਨਸਲ ਹੈ, ਇਸ ਤੋਂ ਇਲਾਵਾ ਫਰੀਜ਼ੀਅਨ, ਚੋਲਸਤਾਨੀ। ਮਾਸ਼ਾਅੱਲਾ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਮਲੂਮ ਕਰਨੇ ਆ ਭਾਈ ਹੁਰਮ ਆਓ ਜੀ ਸਾਹਮਣੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਭਾਈ ਹੁਰਮ ਕੀ ਹਾਲ ਹੈ? ਠੀਕ ਹੋ ਜੀ? ਅੱਲਾ ਦਾ ਸ਼ੁਕਰ ਹੈ ਜੀ, ਮਾਲਕ ਦੇ ਕਰਮ ਹੈ ਜੀ। ਮਾਸ਼ਾਅੱਲਾ ਜੀ, ਜਨਾਬ ਦੇ ਡੇਰੇ ਤੇ ਆ ਕੇ ਰੂਹ ਤਾਜ਼ਾ ਹੋਈ ਜਾਂਦੀ ਹੈ ਸੋਹਣੇ ਜਾਨਵਰ ਵੇਖ ਕੇ। ਇਹ ਤੁਹਾਡੀ ਮਿਹਨਤ ਹੈ, ਸਾਰੇ ਦਿਲ ਖੁਸ਼ ਹੁੰਦਾ। ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਹਰ ਇਤਵਾਰ ਨੂੰ ਜਨਾਬ ਦੀ ਵੀਡੀਓ ਅਪਲੋਡ ਹੁੰਦੀ ਹੈ। ਦੋਸਤਾਂ ਨੂੰ ਇੱਕ ਦਫਾ ਫਿਰ ਆਪਣਾ ਤੇ ਆਪਣੇ ਡੇਰੀ ਫਾਰਮ ਦਾ ਮੁਕੰਮਲ ਤਾਰਫ ਕਰਵਾ ਦਿਓ ਜੀ। ਸਰ ਜੀ, ਪਹਿਲੀ ਗੱਲ ਤਾਂ ਸਭ ਦੋਸਤਾਂ ਦਾ ਅਸਲਾਮ ਅਲੈਕੁਮ, ਮਜ਼ੀਦ ਉਹ ਆਪਣਾ ਹਾਜੀ ਸਾਹਿਬ ਹੈ ਨੂੰ ਮੇਰੇ, ਅਤੇ ਉਹਨਾਂ ਨੇ ਵੀ ਅਸਲਾਮ ਅਲੈਕੁਮ ਵੀਡੀਓ ਮੇਰੇ ਵੇਖਦੇ ਪਏ ਹੋਣੇ, ਬੜੀ ਮਿਹਰਬਾਨੀ ਹਾਜੀ ਸਾਹਿਬ। ਅਤੇ ਦੂਸਰੀ ਗੱਲ ਇਹ ਵੇ ਕਿ ਆਪਣਾ ਅੱਲਾਹ ਪਾਕ ਖੈਰ ਕਰੇ ਜੀ, ਅਤੇ ਅੱਲਾਹ ਪਾਕ ਉਹ ਜ਼ਿੰਦਗੀ ਕਰੇ ਜਾਨਵਰਾਂ ਦੀ ਜੀ। ਸਾਡਾ ਸਰਗੋਧਾ ਤਹਿਸੀਲ ਸਾਡੀ ਬਾਈ ਬੁਲਵਾਲ ਹੈ, ਸਾਲਮ ਇੰਟਰਚੇਂਜ ਲੱਗਦਾ, ਸਾਲਮ ਤੋਂ ਉਤਰ ਕੇ ਅੱਗੇ ਬੁਲਵਾਲ, ਬੁਲਵਾਲ ਦੇ ਨਾਲ ਹੀ ਅੱਗੇ 18 ਨਹਿਰ ਦਾ ਪੁੱਲ ਹੈ। ਉਹ ਦੋਸਤ ਬਾਈ ਕਾਫੀ ਉਂਝ ਵੀ ਦੱਸਦੇ ਨੇ ਔਰ ਹਰ ਬੰਦੇ ਨੂੰ ਤਾਂ ਪਤਾ ਹੀ ਹੈ ਜੀ। ਅਤੇ ਨਾਲ ਹੀ ਅੰਦਰ ਤੇ 1 ਕਿਲੋਮੀਟਰ ਤੇ ਮੇਰਾ ਫਾਰਮ ਹੈ ਜੀ, ਖੁਰਮ ਡੇਰੀ ਫਾਰਮ ਪੁੱਛ ਲੈਣ, ਮਦੀਨਾ ਡੇਰੀ ਫਾਰਮ ਪੁੱਛ ਲੈਣ, ਹਾਜੀ ਅਜਮਲ ਡੇਰੀ ਫਾਰਮ ਪੁੱਛ ਲੈਣ। ਮਜ਼ੀਦ ਗੱਲ ਇਸ ਕਰਸਾਂ ਜੀ, ਥੋੜ੍ਹਾ 2 ਮਿੰਟ ਤੁਹਾਡਾ ਟਾਈਮ ਲਿਸਾਂਗੇ, ਜਿਹੜੇ ਸਾਡੇ ਕੋਲ ਜਾਨਵਰ ਹੁੰਦੇ ਨੇ ਸਭ ਕੀਮਤੀ ਹੁੰਦੇ ਨੇ, ਇਹਨਾਂ 'ਚ ਕੁਝ ਨਾ ਕੁਝ ਇਹਦੀਆਂ ਖੂਬੀਆਂ ਹੁੰਦੀਆਂ ਕਿ ਉਹ ਹਰ ਜਾਨਵਰ ਵਿੱਚੋਂ ਨਹੀਂ ਲੱਭ ਸਕਦੀਆਂ। ਇਹ ਤੁਸੀਂ ਵੀ ਪਤਾ, ਤੁਹਾਨੂੰ ਵੀ ਔਰ ਉਹ ਜਿਹੜੇ ਲੈ ਜਾਂਦੇ ਨੇ ਉਹਨਾਂ ਨੂੰ ਵੀ ਪਤਾ। ਅੱਲਾ ਦਾ ਸ਼ੁਕਰ ਹੈ, ਜਿਹੜਾ ਇੱਕ ਵਾਰੀ ਬੰਦਾ ਜਾਨਵਰ ਲੈ ਲੈਂਦਾ ਉਹ ਦੂਜੀ ਵਾਰੀ ਲਾਜ਼ਮੀ ਲੈਂਦਾ ਹੈ। ਅਗਲੇ ਹਫ਼ਤੇ ਤੁਹਾਡੇ ਚੈਨਲ 'ਤੇ ਇੱਕ ਗਾਂ ਦਿੱਤੀ ਆਈ, ਅਤੇ ਇਸ ਵਾਰੀ ਹਸਨ ਹੈ ਦੁਬਈ 'ਚ ਆਉਂਦੇ ਨੇ, ਅਤੇ ਹੈ ਨੂੰ ਆਪਣਾ ਇੱਥੋਂ ਦੇ ਘਰ ਲਿਆ ਵਾਲੀ ਸਾਈਡ ਦੇ, ਅਤੇ ਇੱਕ ਗਾਂ ਉਹਨਾਂ ਨੇ ਦਿੱਤੀ ਜੀ ਹੁਣ ਮਾਸ਼ਾਅੱਲਾ ਜੀ ਪੂਰੇ 5 ਲੱਖ ਦੀ ਜੀ। 5-5 ਫਾਈਨਲ ਹੋਈ, 5 ਜਿਹੜਾ ਹੈ ਜੀ ਉਹਨਾਂ ਆਖਿਆ ਸੀ ਨਹੀਂ ਦੇਣਾ, ਮਸਲੀ ਫਾਈਨਲ 5-5 ਹੋਈ, ਬਲਕਿ ਉਹ ਫਿਰ ਤਲਕ ਵੇਸਤੇ ਨਾ, ਉਹਨਾਂ ਆਖਿਆ ਜੀ 5 ਆਪਣਾ 5 ਅਸੀਂ ਨਹੀਂ ਦੇਣਾ, ਪੂਰੇ 5 ਲੱਖ ਦੇ ਦਿੱਤੀ। ਉਹ ਵੀ ਚੈੱਕ ਕਰਾ ਦਿੰਦੇ ਹਾਂ ਜੀ। ਦੂਸਰਾ ਜਿਸ ਦੀ ਕਾਲ ਨਾ ਚਾ ਸਕਿਆ, ਮਾਜ਼ਰਤ ਜੀ, ਇਨਸ਼ਾਅੱਲਾ ਜਾਨਵਰ ਚੈੱਕ ਕਰਸਾਂ, ਇਨਸ਼ਾਅੱਲਾ ਦੋਸਤਾਂ ਪਿਆਰਾਂ ਨੂੰ ਮਜ਼ਾ ਆਉਂਦਾ। ਜ਼ਿੰਦਾਬਾਦ ਮਾਸ਼ਾਅੱਲਾ ਜੀ, ਤੁਹਾਡੀ ਗੱਲ ਬਜਾਏ ਦੋਸਤ ਹੋਰ ਵੀ ਵੀਡੀਓਜ਼ ਵੇਖਦੇ ਨੇ, ਇਹ ਨਹੀਂ ਕਿ ਮੂੰਹ ਦੀ ਤਾਰੀਫ਼ ਹੈ, ਦੋਸਤ ਖੁਦ ਹੋਣ, ਬਲਕਿ ਤੁਸੀਂ ਪਹਿਲੇ ਜਿਹੜੀਆਂ ਕੁਛ ਵੀਡੀਓਜ਼ ਨੇ ਉਹਨਾਂ 'ਚ ਜ਼ਿਕਰ ਵੀ ਕੀਤਾ ਹੈ, ਬਜਾਏ ਇਸ ਦੇ ਕਿ ਆਨਲਾਈਨ ਦੋਸਤ ਆ ਕੇ ਚੈੱਕ ਕਰਨ, ਇੱਥੇ ਨਾਲ ਮਾਸ਼ਾਅੱਲਾ ਜਗ੍ਹਾ ਵੀ ਹੈ, ਵੇ ਰਹਿਣ ਚੁਆਈ ਵਗੈਰਾ ਜੋ ਵੀ ਤਸੱਲੀ ਕਰਨ, ਇਹ ਨਹੀਂ ਕਿ ਤੁਹਾਡਾ ਡੇਰਾ ਹੋਰ ਵੀ ਵਿਜ਼ਿਟ ਕਰਨ ਇੱਥੇ ਆ ਕੇ, ਉਹ ਤਾਂ ਫਿਰ ਜਿਹੜਾ ਨਾ ਫਰਕ ਫੇਰ ਵਾਜ਼ੇ ਆਉਂਦਾ, ਫੇਰ ਵਾਜ਼ੇ ਆਉਂਦਾ। ਦੂਸਰੀ ਗਾਂ ਡੱਬੀ ਬਾੜੀ ਵਿੱਚ ਵੀ ਫਰਕ ਆਉਂਦਾ, ਥੋੜ੍ਹੀ ਕਾਲੀ ਹੋਵੇ ਉਹਦੀ ਫਰਕ ਆਉਂਦਾ, ਗਾਵਾਂ ਦੇ ਵਿੱਚ ਸਰ ਜੀ ਫਰਕ ਆਉਂਦਾ। ਅਤੇ ਦੂਸਰੀ ਗੱਲ ਇਹ ਵੇ ਕਿ ਆਪਣਾ ਜਿਹੜਾ ਹੈ ਵੇ ਕਿ ਅੱਲਾਹ ਦਾ ਸ਼ੁਕਰ ਹੈ, ਜਿਹੜਾ ਜਾਨਵਰ ਇੱਕ ਵਾਰੀ ਲੈ ਗਿਆ ਨਾ ਉਹਨੂੰ ਉਮੀਦ ਬੜੀ ਅੱਲਾਹ ਦੇ ਦਰ ਤੇ ਦੁਬਾਰਾ ਆਇਆ ਹੈ ਸਰ। ਇਨਸ਼ਾਅੱਲਾ ਜ਼ਿੰਦਾਬਾਦ, ਸ਼ੁਰੂ ਕਰੀਏ ਜੀ, ਸ਼ੁਰੂ। ਲਓ ਜੀ ਦੋਸਤੋ, ਚੈੱਕ ਕਰੋ ਮਾਸ਼ਾਅੱਲਾ ਜੀ, ਪਹਿਲਾ ਕੀਮਤੀ ਹੀਰਾ, ਸੋਹਣਾ ਪ੍ਰਿੰਟ, ਮੁਕੰਮਲ ਜਸਾਮਤ ਦੋਸਤਾਂ ਵੇਖ ਲੈਣੀ ਹੈ ਤੇ ਮਾਸ਼ਾਅੱਲਾ ਜੀ ਖੂਬਸੂਰਤੀ ਦੀ ਲਾਜਵਾਬ। ਇਹ ਗਾਂ ਨੰਬਰ 1 ਲਿਬਾਸ ਚੰਗਾ, ਮਾਸ਼ਾਅੱਲਾ ਇਹ ਚੈੱਕ ਕਰੋ ਜੀ, ਸਾਡੇ ਇੱਕ ਦੋਸਤ ਨੇ ਉਹ ਬੋਲਦੇ ਨੇ ਕਿ ਨੈਣ ਦੀ ਅੱਖ ਵਰਗੀ, ਮਾਸ਼ਾਅੱਲਾ ਲਫ਼ਜ਼ ਇੱਥੇ ਫਿੱਟ ਹੁੰਦਾ, ਥਨ ਜ਼ਰਾ ਚੈੱਕ ਕਰਾ ਦਿੰਦਾ ਮਾਸ਼ਾਅੱਲਾ ਜੀ। ਇਹ ਕਿੰਨਵਾਂ ਸੂਆ ਭਾਈ ਹੁਰਮ ਦਾ ਜੀ? ਇਹਦਾ ਸਰ ਜੀ ਨੇ ਮਾਲਕਾਂ ਪਹਿਲਾਂ ਦੱਸੀ ਹੋਈ ਹੈ, ਦੂਸਰਾ ਸੂਆ ਮੋਹ 6 ਦੰਦ, ਠੀਕ ਹੈ।
ਕੇ 6 ਦੰਦ ਮਾਲਕਾਂ ਦੇ ਮੁਤਾਬਕ ਪਹਿਲਾ, ਲੇਕਿਨ ਭਾਈ ਹੁਰਮ ਕਹਿ ਰਹੇ ਨੇ ਕਿ ਦੂਸਰਾ ਸੂਆ ਦਾ ਅੱਗੇ ਗੱਬਣ ਹੈ ਜੀ। ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਪਿਆਰੇ ਭਾਈ ਇੱਥੇ ਖਿਲਾ ਰਹੇ ਹੋ। ਲਓ ਜੀ ਦੋਸਤੋ, ਮੁਕੰਮਲ ਜਸਾਮਤ ਕਦਬਤ ਜ਼ਰਾ ਵੇਖ ਲੈਣਾ ਪ੍ਰਿੰਟ ਦੋਸਤਾਂ ਦੇ ਸਾਹਮਣੇ। ਮਾਸ਼ਾਅੱਲਾ ਜੀ, ਖੂਬਸੂਰਤੀ ਦੀ ਚੈੱਕ ਕਰ ਲੈਣੀ ਹੈ। ਦੂਸਰਾ ਸੂਆ ਨੇ ਸੁਣਿਆ, ਇਹ ਚੈੱਕ ਕਰੋ ਜੀ, ਕੰਨ ਐਵੇਂ ਛੋਟੇ ਛੋਟੇ, ਇਹ ਵੀ ਮੁੰਨੀ ਹੈ। ਦੋਸਤਾਂ ਨੇ ਫੋਕਸ ਕਰਨਾ, ਜਿੰਨੇ ਵੀ ਜਾਨਵਰ ਚੈੱਕ ਕਰਾਵਾਂਗੇ ਉਹਨਾਂ ਦਾ ਪ੍ਰਿੰਟ ਖੂਬਸੂਰਤੀ ਜ਼ਰਾ ਵੇਖ ਲੈਣੀ ਹੈ। ਕਿੰਨੇ ਦਿਨ ਲੈ ਰਹੀ ਹੈ ਭਾਈ ਹੁਰਮ ਜੀ? ਦਿਨ ਇਸ ਵੱਛੀ ਲੈ ਪੈਣੇ ਜੀ, 7 ਦਿਨ ਪੂਰੇ ਡੇਟ ਚ ਸਰ ਜੀ। ਠੀਕ ਹੈ, 7 ਦਿਨ ਰਹਿੰਦੇ ਨੇ, ਲੇਕਿਨ ਦਿਨ ਫਿਕਸ ਨਹੀਂ ਹੁੰਦੇ, ਉਹ ਮਾਲਕ ਦੀ ਮਰਜ਼ੀ ਸ਼ਾਮਲ ਹੈ, ਕੋਈ 1-2 ਦਿਨ ਉੱਤੇ ਥੱਲੇ ਹੋ ਸਕਦਾ। ਟੋਰੇ ਭਾਈ ਜਾਨ, ਲਓ ਦੋਸਤੋ ਚੈੱਕ ਕਰ ਲਓ ਜੀ, ਪਹਿਲਾ ਕੀਮਤੀ ਹੀਰਾ 6 ਦੰਦ, ਦੂਸਰਾ ਸੂਆ ਨੇ ਸੁਣਿਆ 7 ਕੁ ਦਿਨ ਲੈ ਰਹੀ ਹੈ, ਚੀਜ਼ ਚੰਗੀ ਹੈ। ਮਾਸ਼ਾਅੱਲਾ, ਗੁੱਲ ਇੱਕ ਦਫਾ ਫਿਰ ਚੈੱਕ ਕਰਾ ਦੇਣਾ, ਲਬਾਸ ਸੋਹਣਾ ਕਰਦੀ ਹੈ ਵੀ ਭਾਈ ਹੁਰਮ। ਨਸਲ ਦੀ? ਨਸਲ ਦੀ HF ਹਾਲਸਟੇਨ ਫ੍ਰੀਜ਼ੀਅਨ। ਮਾਸ਼ਾਅੱਲਾ ਜੀ, HF ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਮੁਕੰਮਲ ਨਜ਼ਾਰਾ ਕਰਨਾ, ਸੋਹਣਾ ਨਜ਼ਾਰਾ, ਚੀਜ਼ ਚੰਗੀ ਹੈ। ਤੇ ਇਹ ਚੈੱਕ ਕਰੋ ਜੀ, ਚੌੜਾ ਪੁੱਠਾ ਮਾਸ਼ਾਅੱਲਾ, ਇਹ ਮੁਕੰਮਲ, ਇਹ ਚੈੱਕ ਕਰ ਲਓ ਜੀ ਮਾਸ਼ਾਅੱਲਾ। ਚਿਹਰਾ ਇੱਕ ਦਫਾ ਫਿਰ ਚੈੱਕ ਕਰਾ ਦਿੰਦਾ, ਤੇ ਗੁੱਲ ਇੱਕ ਦਫਾ ਦੋਸਤਾਂ ਫਿਰ ਚੈੱਕ ਕਰਨੇ ਨੇ। ਮਾਸ਼ਾਅੱਲਾ, ਇਹ ਚੈੱਕ ਕਰ ਲਓ ਜੀ, ਹਾਲਸਟੇਨ ਫ੍ਰੀਜ਼ੀਅਨ HF ਜੀ ਭਾਈ ਹੁਰਮ, ਗਾਂ ਨੰਬਰ 1 ਦਾ ਰੇਟ। ਅੱਗੋ ਭਾਈ ਹੁਰਮ, ਗਾਂ ਨੰਬਰ 2 ਦੱਸੋ ਜੀ। ਬੰਦ ਹੈ, ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਬਕਾਇਆ ਜਾਨਵਰ ਇਨਸ਼ਾਅੱਲਾ ਚੈੱਕ ਕਰਨੇ ਆ, ਤੇ ਜਿਹੜੇ ਦੋਸਤ ਭਾਈ ਸਮਝਦੇ ਨਾ, ਉਹ ਇਨਸ਼ਾਅੱਲਾ ਆ ਦਿਨ ਕੇ ਵਾਕਈ ਚੀਜ਼ਾਂ ਹਨ ਜੀ ਜੀ। ਤੇ ਅੱਲਾ ਦੇ ਹੁਕਮ ਨਾਲ ਜੀ, ਇਹ ਜਿਸ ਭਾਈ ਦੋਸਤ ਨੂੰ ਪਸੰਦ ਲੱਗੀ, ਇਹ ਫਾਈਨਲ ਦੇ ਦਸਾਂ ਭਾਈ ਜਾਨ, 5,50,000 ਰੁਪਏ। 5,50,000 ਦੀ ਕੁਛ ਨਾ ਕੁਛ ਪਿਆਰ ਮੁਹੱਬਤ ਇਨਸ਼ਾਅੱਲਾ ਉਹ ਯੇ ਦੀ ਇਨਸ਼ਾਅੱਲਾ ਜੀ। ਉਹ ਤਾਂ ਫਿਰ ਉਹ ਜਿਸ ਟਾਈਮ ਦੋਸਤ ਭਾਈ ਆਉਂਦੇ ਨੇ ਉਸ ਟਾਈਮ ਫਿਰ ਉਹ ਜਿਹੜਾ ਹੈ ਵਿੱਚੋਂ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਫਿਰ ਕਿੰਦਾ ਚਲੋ ਠੀਕ ਜੀ। ਜ਼ਬਰਦਸਤ, 5,00,000 ਤੇ ਇਹ ਜਿਹੜੀਆਂ ਚੀਜ਼ਾਂ ਨਾ ਸਰ ਜੀ, ਇਹਨਾਂ ਦੀ ਹੋਰ ਕੰਡੀਸ਼ਨ ਹੈ, ਕੋਈ ਜਾਲਰ ਨਹੀਂ, ਕੋਈ ਧੁੰਨੀ ਨਹੀਂ। ਇਹ ਚੈੱਕ ਕਰ ਲਓ, ਦੇਖ ਲਿਓ ਨਾ, ਕਲੀਅਰ ਹੈ। ਠੀਕ ਹੈ, ਉੱਠਾ ਚੌੜਾ ਸੀ ਹੈ, ਚੌੜਾ। ਇਹ ਚੈੱਕ ਕਰੋ ਮਾਸ਼ਾਅੱਲਾ, ਆਇਆ ਪੂਰਾ ਵੇਖੋ, ਉਸ ਤੋਂ ਇਹਦੀ ਆਪਣਾ ਬਾਡੀ ਉੱਤੋਂ ਵੇਖੋ। ਇਹ ਚੈੱਕ ਕਰ ਲਓ ਮਾਸ਼ਾਅੱਲਾ, ਕਲੀਅਰ ਹੋ ਸੀ ਮਾਸ਼ਾਅੱਲਾ। ਇਹ ਚੈੱਕ ਕਰ ਲਓ, ਸਾਰ ਛੋਟੀ ਜਿਹੀ ਹੋ ਸੀ ਗਈ। ਇਹ ਬੜੀਆਂ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਬਿਲਕੁਲ ਜੀ ਨਾ ਜੀ। ਸਿੰਘ ਵਾਲੀ ਗਾਂ ਉਹਦਾ ਅੱਗੇ ਦੱਸਦਾ 50 ਘਾਟੇ, ਦੁਨੀਆ ਵਾਲੀ ਗਾਂ ਉਹਦਾ 50 ਘਾਟੇ। ਇਹ ਥੋੜੀਆਂ ਛੋਟੀਆਂ ਛੋਟੀਆਂ ਗੱਲਾਂ ਹੋਣੀਆਂ ਜੀ। ਠੀਕ ਹੈ ਜੀ, ਜੀ। ਇਹ ਨੰਬਰ 2 ਤੇ ਕਿਹੜੀ ਹੈ ਜੀ? ਨੰਬਰ 2 ਤੇ ਹੈ ਬਾਹਰ ਵਾਲੀ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਅੱਗੋਂ ਆ ਗਈ ਹੈ ਗਾਂ ਨੰਬਰ 2। ਇਹ ਚੈੱਕ ਕਰੋ ਜੀ, ਪ੍ਰਿੰਟ ਜ਼ਰਾ ਦਾ ਵੇਖਣਾ ਮਾਸ਼ਾਅੱਲਾ ਜੀ, ਖੂਬਸੂਰਤੀ ਦੋਸਤਾਂ ਦੇ ਸਾਹਮਣੇ। ਲਓ ਜੀ ਦੋਸਤੋ, ਇਹ ਚੈੱਕ ਕਰੋ, ਇਹ ਵੀ ਮਾਸ਼ਾਅੱਲਾ ਜੀ ਇਸ ਡੇਰੀ ਫਾਰਮ ਦੀ ਕੁਆਲਿਟੀ। ਮਾਸ਼ਾਅੱਲਾ, ਹੁਰਮ ਸਾਹਿਬ ਦੀ ਮਿਹਨਤ, ਇਹਨਾਂ ਦੇ ਵੱਡੇ ਭਾਈ ਨੇ ਹਾਜੀ ਅਜਮਲ ਸਾਹਿਬ, ਉਹ ਵੀ ਕੋਸ਼ਿਸ਼ ਕਰਦੇ ਨੇ ਮਾਸ਼ਾਅੱਲਾ ਚੀਜ਼ ਅੱਛੀ ਲੈ ਕੇ ਆਉਣੀ। ਇਹ ਚੈੱਕ ਕਰ ਲਓ ਜੀ, ਗਾਂ ਨੰਬਰ 2 ਪਿਆਰੇ ਭਾਈ ਖਿਲਾ ਰਹੇ ਉੱਥੇ। ਇਹ ਚੈੱਕ ਕਰ ਲਓ ਜੀ ਭਾਈ ਹੁਰਮ, ਕਿਦਨ ਦੀ ਸੂਈ ਹੈ ਤੇ ਕਿਨਵਾ ਸੂਆ ਦਾ? ਰਾਤੀ ਸੂਈ ਸਰ ਜੀ, ਕੱਚਾ ਨਾੜੂ ਹੈ ਬੱਚੇ ਦਾ ਜਾਂ ਬੱਚਾ ਪਿੱਛੇ ਜੀ? ਬੱਚਾ। ਇਹ ਚੈੱਕ ਕਰੋ ਜੀ, ਪਿੱਛੇ ਬੱਚਾ ਤੇ ਉਹਦਾ ਕੱਚਾ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ। ਰਾਤ ਦੀ ਸੂਈ ਹੈ, ਕਿਨਵਾ ਸੂਆ ਸੂਈ ਹੈ ਜੀ? ਜੀ ਦੂਸਰਾ ਭਾਈ, ਦੂਸਰਾ ਸੂਆ ਸੂਈ ਹੈ। ਕਿੰਨੀਆਂ ਚੁਆਈਆਂ ਕੀਤੀਆਂ ਨੇ ਭਾਈ ਹੁਰਮ ਜੀ? ਚੁਆਈਆਂ ਸੀਗੀਆਂ ਕੀਤੀਆਂ ਨੇ ਬਾਈ ਜਾਨੋ, ਕੀ ਬਨੋ, 4 4 ਚੁਆਈਆਂ ਦੀਆਂ ਕੀਤੀਆਂ ਨੇ ਮਾਸ਼ਾਅੱਲਾ ਜੀ। ਕੀ ਕੋਈ ਬੋਲਾ ਦੇ ਰਹੀ ਹੈ ਜੀ? ਬੋਲਾ ਫਿਲਹਾਲ ਦੀ ਗੜੀ ਚੱਲਦਾ ਪਿਆ ਦੇ ਥੱਲੇ ਸਰ ਜੀ, 20 ਲੀਟਰ। 20 ਲੀਟਰ ਬੱਚੇ ਨੂੰ ਪਿਲਾ ਕੇ ਜਾਂ ਬੱਚੇ ਸਮੇਤ? ਸਰ ਪਿਵਾ ਕੇ, ਬੱਚੇ ਨੂੰ ਪਿਲਾ ਕੇ ਦੋਵਾਂ ਟਾਈਮਾਂ ਦਾ 20 ਲੀਟਰ ਦੂਸਰਾ ਸੂਆ ਸੂਈ ਹੈ ਮਾਸ਼ਾਅੱਲਾ ਲੈ। ਬੋਲੇ ਤੇ ਗੁੱਲ ਇੱਕ ਦਫਾ ਚੈੱਕ ਕਰ ਲੈਣੇ ਨੇ। ਗਾਂ ਨੰਬਰ 2 ਪਿੱਛੇ ਦੇ ਬੱਚਾ, ਉਹ ਵੀ ਚੈੱਕ ਕਰਾ ਦਿੱਤਾ। ਠੀਕ ਭਾਈ ਜਾਨ, ਲਵਾਓ ਚੱਕਰ। ਇਹ ਭਾਈ ਹੁਰਮ ਕੀ ਨਸਲ ਹੈ ਇਹਦੀ ਜੀ? ਇਹਦੀ ਨਸਲ ਬਾਜਾਨ ਜਰਸੀ ਤੇ ਫਰੀਜ਼ੀਅਨ। ਜਰਸੀ ਤੇ ਫਰੀਜ਼ੀਅਨ, ਕੰਨ ਛੋਟੇ ਨੇ ਮਾਸ਼ਾਅੱਲਾ, ਛੋਟੇ, ਕੋਈ ਦੁੰਨੀ ਨਹੀਂ, ਕੋਈ ਗੱਲ ਨਹੀਂ। ਇਹ ਚੈੱਕ ਕਰ ਲਓ। ਠੀਕ ਹੈ, ਜਰਸੀ ਤੇ ਫਰੀਜ਼ੀਅਨ ਪਿੱਛੇ ਦੇ ਜਿਹੜਾ ਬੱਚਾ, ਉਹਦੀ ਕੀ ਨਸਲ ਹੈ ਜੀ? ਉਹ ਆਪਣਾ ਜਰਸੀ ਸਾਈਵਾਲ ਹੈ। ਠੀਕ ਹੈ, ਜਰਸੀ ਤੇ ਸਾਈਵਾਲ। ਲਓ ਜੀ ਦੋਸਤੋ, ਚੈੱਕ ਕਰ ਲਓ ਜੀ, ਕੱਚਾ ਨਾੜੂ ਹੈ ਪਿੱਛੇ, ਜਰਸੀ ਤੇ ਸਾਈਵਾਲ ਦਾ ਇਹ ਬੱਚਾ। ਇਹ ਮਾਸ਼ਾਅੱਲਾ ਚੈੱਕ ਕਰ ਲਓ ਜੀ, ਆਪਣੀ ਇਹਦੀ ਨਸਲ ਜਰਸੀ ਤੇ ਫਰੀਜ਼ੀਅਨ ਦੂਸਰਾ ਸੂਆ। ਪੁੱਠਾ ਇੱਕ ਦਫਾ ਚੈੱਕ ਕਰਾ ਦੇਣਾ ਮਾਸ਼ਾਅੱਲਾ ਜੀ, ਕੋਸ਼ਿਸ਼ ਕਰੀ ਦੀ ਹੈ ਕਿ ਮੁਕੰਮਲ ਤਸੱਲੀ ਕਰਾ ਦਈਏ। ਇਹ ਚੈੱਕ ਕਰ ਲਓ ਜੀ, ਗਾਂ ਨੰਬਰ 2। ਇਹ ਕਿੰਨੇ ਦੰਦ ਆ, ਛਿੱਗੀ ਜਾਂ ਜਵਾਨ? ਛਿੱਗੀ ਬਾਈ। ਠੀਕ ਹੈ, ਲਓ ਦੋਸਤਾਂ ਮੁਕੰਮਲ ਨਜ਼ਾਰੇ ਕਰੋ ਜੀ। ਜੀ ਭਾਈ ਹੁਰਮ, ਗਾਂ ਨੰਬਰ 2 ਦਾ ਰੇਟ ਜੀ? ਬਾਈ ਗਾਂ ਜਿਹੜੀ ਮੇਰੀ ਹੈ ਨਾ, ਇਹ ਹੈ ਪੂਰੇ 5,00,000 ਦੀ ਜੀ।
ਤੇ ਦੇਹ ਦਿਸਾਂਗੇ ਜਿਸ ਦੋਸਤ ਬਾਈ ਨੂੰ ਪਸੰਦ ਆਈ ਨਾ ਫਾਈਨਲ ਫਾਈਨਲ ਪੂਰੇ 4.5 ਲੱਖ ਦੀ ਜੀ ਠੀਕ ਹੈ 4,50,000 ਜਰਸੀ ਤੇ ਫਰੀਜ਼ੀਆਂ ਜੀ ਦੂਸਰੀ ਗੱਲ ਇਹ ਰਹਿ ਗਈ ਵੇ ਕਿ ਅਸੀਂ ਜਿਹੜੀ ਗਾਂ ਲਿਆ ਉਹਨੇ ਆ ਨਾ ਜੀ ਜਰਸੀ ਲਿਆ ਉਹ ਲਿਆ ਉਹਨੇ ਆ ਸਰ ਜੀ ਜਾਂ ਪਹਿਲੇ ਸੂਏ ਵਾਲੀ ਜਾਂ ਦੂਏ ਸੂਏ ਵਾਲੀ ਸਾਡੇ ਕੋਲ ਤੀਸਰੇ ਸੂਏ ਵਾਲੀ ਵੀ ਨਹੀਂ ਆਉਂਦੀ ਸਾਡੇ ਕੋਲ ਫਾਰਮ ਦੀ ਜਾਨਵਰ ਜਿਹੜਾ ਆਉਂਦਾ ਉਹ ਕੰਡਮ ਨਹੀਂ ਆਉਂਦਾ ਕੰਨ ਦੇ ਵਿੱਚ ਬਾਰੀ ਨਹੀਂ ਆਉਂਦੀ ਜਿਹਦੇ ਕੰਨ ਦੇ ਵਿੱਚ ਬਾਰੀ ਹੋਵੇ ਬੇਸ਼ੱਕ ਤੁਹਾਨੂੰ ਵੀ ਹੈ ਜ਼ਿਆਦਾ ਤੇ ਵੇਖੋ ਕਿ ਬਾਰੀ ਉਹਨੂੰ ਕੱਢ ਦਿਓ ਉਹ ਜੇ ਇਹੀ ਫਾਰਮ ਦਾ ਕੰਡਮ ਉਹ ਲਾਉਣਾ ਹੀ ਨਹੀਂ ਚਾਹੀਦਾ ਜ਼ਿੰਦਾਬਾਦ ਜੀ ਅਤੇ ਕਾਫੀ ਦੋਸਤ ਜਿਹੜੇ ਬਾਈ ਹਨ ਉਹ ਇਹ ਕੋਸ਼ਿਸ਼ ਕੀਤੀ ਕਰਨ ਜਿਹਦੇ ਕੰਨ ਦੇ ਵਿੱਚ ਬਾਰੀ ਹੈ ਉਹ ਜਾਨਵਰ ਮੁਕਤੀ ਵੀ ਲਵੇ ਤੇ ਨਹੀਂ ਲੈਣਾ ਚਾਹੀਦਾ ਉਹ ਜਾਨਿਆਂ ਮਰ ਬੈਂਦਾ ਜੀ ਜ਼ਿੰਦਾਬਾਦ ਬੜੀ ਅੱਛੀ ਗੱਲ ਹੈ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਉਹ ਵੀ ਸ਼ੇਅਰ ਕਰਨੀ ਚਾਹੀਦੀ ਹੈ ਲੋ ਦੋਸਤੋ ਗਾਂ ਨੰਬਰ 2 ਸੀ ਗੋਲੇ ਇੱਕ ਦਫਾ ਫਿਰ ਚੈੱਕ ਕਰਾ ਦਿੰਦਾ ਸੋਹਣੀਆਂ ਵਿਰਲਾਂ ਤੇ ਲੱਗੀ ਨੇ ਤੇ ਅੱਗੇ ਆ ਗਈ ਮਾਸ਼ਾਅੱਲਾ ਜੀ ਜਰਸੀ ਲੋ ਦੋਸਤੋ ਚੈੱਕ ਕਰੋ ਜੀ ਬੜੇ ਦੋਸਤ ਜਰਸੀ ਦੇ ਸ਼ੌਕੀਨ ਨੇ ਤੇ ਮਾਸ਼ਾਅੱਲਾ ਇਸ ਤੋਂ ਪਹਿਲੇ ਵੀ ਦੋਸਤ ਜਰਸੀ ਵੇਖਦੇ ਨੇ ਲੇਕਿਨ ਇਹ ਚੈੱਕ ਕਰੋ ਜੀ ਪ੍ਰਿੰਟ ਸੋਹਣਾ ਕਲਰ ਦਾ ਵੇਖਣਾ ਮਾਸ਼ਾਅੱਲਾ ਜੀ ਇਹ ਗਾਂ ਨੰਬਰ 3 ਪਿੱਛੇ ਜਾ ਕੇ ਵੱਛੀ 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 ਮਾਸ਼ਾਅੱਲਾ ਚੈੱਕ ਕਰੋ ਜੀ ਨਾੜੂ ਵੱਛੀ ਦਾ ਵੀ ਨਜ਼ਰ ਆਉਂਦਾ ਪਿਆ ਪਿੱਛੇ ਦੇ ਵੱਛੀ ਗਾਂ ਨੰਬਰ 3 ਜਰਸੀ ਮੁਕੰਮਲ ਪ੍ਰਿੰਟ ਲਾਂ ਵੀ ਚੰਗੀ ਮਾਸ਼ਾਅੱਲਾ ਜੀ ਇਹ ਚੈੱਕ ਕਰ ਲਓ ਜੀ ਗੁੱਲ ਇੱਕ ਦਫਾ ਮੈਂ ਚੈੱਕ ਕਰਾ ਦਿੰਦਾ ਗਾਂ ਨੰਬਰ 3 ਸੋਹਣੇ ਗੁੱਲ ਲੱਗੇ ਨੇ ਮਾਸ਼ਾਅੱਲਾ ਇਹ ਚੈੱਕ ਕਰੋ ਜੀ ਪਿਆਰੇ ਭਾਈ ਇਧਰ ਨੂੰ ਟੋਰਿਓ ਜ਼ਰਾ ਬਾਈ ਹਰਮ ਕਿਦਨ ਦੀ ਸੂਈ ਹੈ ਇਹ ਭਾਈਆ ਨੂੰ ਅੱਜ ਇਸ ਨੂੰ ਤਕਰੀਬਨ ਹੋ ਗਿਆ ਸਰ ਜੀ 7ਵਾਂ ਸੱਤਵਾਂ ਦਿਨ ਨੇ ਜੀ ਇਹ ਸੂਆ ਕਿਨਵੇਂ ਜੀ ਸੂਆ ਸਰ ਇਹ ਦੂਸਰਾ ਹੈ ਦੂਸਰਾ ਸੂਆ ਸੂਈ ਹੈ 7ਵਾਂ ਦਿਨ ਨੇ ਮਾਸ਼ਾਅੱਲਾ ਜੀ ਇਹ ਚੈੱਕ ਕਰ ਲਓ ਜੀ ਗੁੱਲ ਤੇ ਵੇਖਨੇ ਨੇ ਤੇ ਜਾ ਮਗਰ ਮਾਸ਼ਾਅੱਲਾ ਸਿਹਤਮੰਦ ਇਹ ਵੱਛੀ ਹੈ ਮਾਸ਼ਾਅੱਲਾ ਜੀ ਉਹਦੀ ਨਸਲ ਵੀ ਜਰਸੀ ਜਰਸੀ ਠੀਕ ਹੈ ਕੀ ਕੋਈ ਦੁੱਧ ਦੇ ਰਹੀ ਹੈ ਜੀ ਦੁੱਧ ਫਿਲਹਾਲ ਦੀ ਗੜੀ ਜਿਹੜਾ ਚੱਲਦਾ ਪਿਆ ਉਹ ਚੱਲਦਾ ਪਿਆ 22-23 ਲੀਟਰ ਬੱਚੇ ਨੂੰ ਪਿਵਾ ਬੱਚੇ ਨੂੰ ਪਿਲਾ ਕੇ ਦੋਵਾਂ ਟਾਈਮਾਂ ਦਾ 22-23 ਲੀਟਰ ਚਿਹਰਾ ਇੱਕ ਦਫਾ ਮੈਂ ਵੱਛੀ ਦਾ ਚੈੱਕ ਕਰਾ ਦਿੰਦਾ ਮਾਸ਼ਾਅੱਲਾ ਜੀ ਪਿੱਛੇ ਵੀ ਇਹਦੇ ਵੱਛੀ ਟੋਰੇ ਪਿਆਰੇ ਭਾਈ 22-23 ਲੀਟਰ ਦੋਵਾਂ ਟਾਈਮਾਂ ਦਾ ਇਹ ਬੱਚੇ ਨੂੰ ਪਿਲਾ ਕੇ ਦੋਵਾਂ ਟਾਈਮਾਂ ਦਾ 22-23 ਲੀਟਰ ਇਹ ਬਾਈ ਹੋਰ ਮੈਂ ਜਿਹੜਾ ਪਿੱਛੇ ਜਾਵੇ ਉਹ ਜਰਸੀ ਹੋਵੇ ਜੀ ਵੱਛੀ ਠੀਕ ਹੈ ਸੋ ਦੋਸਤੋ ਜੀ ਬਾਈ ਹੋਰ ਗਾਂ ਨੰਬਰ 3 ਦਾ ਰੇਟ ਜੀ ਸਰ ਜੀ ਰੇਟ ਹੈ ਕਲਮ ਨੂੰ ਆਪਣਾ ਮਤਲਬ ਇਹਦਾ ਜੀ 3,75,000 ਰੁਪਈਆ ਤੇ ਜਿਸ ਦੋਸਤ ਬਾਈ ਨੂੰ ਜੀ ਇਹ ਪਸੰਦ ਆਈ ਨਾ ਇਹ ਦੇ ਦਿਸਾਂ ਬਾਈ ਜਾਨ ਨੂੰ 3,35,000 ਦੀ ਫਾਈਨਲ 3,35,000 ਜੀ ਠੀਕ ਹੈ ਇਹ ਕਿੰਨੇ ਦੰਦ ਦੇ ਛਿੱਗੀ ਜਾਂ ਜਵਾਨ ਛਿੱਗੀ ਸਰ ਜੀ ਛਿੱਗੀ 6 ਦੰਦ ਮਾਸ਼ਾਅੱਲਾ ਜੀ ਜਰਸੀ ਨਸਲ ਦੀ ਪਿੱਛੇ ਵੀ ਜਰਸੀ ਵੱਛੀ ਹੈ 3,35,000 ਗਾਂ ਨੰਬਰ 3 ਸੀ ਟੋਟਲ ਅੱਜ 7 ਨੇ ਜਾਂ 6 ਨੇ ਜੀ 7 7 ਮਾਸ਼ਾਅੱਲਾ ਗੋ ਭਾਈ ਲੋ ਜੀ ਮਾਸ਼ਾਅੱਲਾ ਦੋਸਤਾਂ ਕੇ ਗੁਜ਼ਾਰਿਸ਼ ਹੈ ਜੀ ਮਾਸ਼ਾਅੱਲਾ ਦਾ ਕਮੈਂਟ ਲਾਜ਼ਮੀ ਕਰਨਾ ਵੀਡੀਓ ਸ਼ੁਰੂ ਤੋਂ ਕਰਨ ਤੋਂ ਪਹਿਲੇ ਇਸ ਚੀਜ਼ ਤੇ ਨਜ਼ਰ ਪਈਏ ਤੇ ਦਿਲ ਖੁਸ਼ ਹੋਇਆ ਪ੍ਰਿੰਟ ਚੰਗਾ ਤੇ ਜਿਹੜੀ ਨਸਲ ਹੈ ਕ੍ਰਾਸ ਉਹ ਵੀ ਚੰਗਾ ਤੇ ਲਿਬਾਸ ਜ਼ਰਾ ਚੈੱਕ ਕਰਨਾ ਤੇ ਕਾਲੇ ਗੁੱਲ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਜਿੰਨੇ ਵੀ ਜਾਨਵਰ ਨੇ ਸਭ ਤੋਂ ਜ਼ਿਆਦਾ ਖੂਬਸੂਰਤੀ ਮੈਨੂੰ ਤੇ ਇਹਦੀ ਲੱਗਦੀ ਹੈ ਅੱਗੂ ਦੋਸਤਾਂ ਹੀ ਫੈਸਲਾ ਕਰਨਾ ਇਹ ਚੈੱਕ ਕਰ ਲਓ ਜੀ ਗਾਂ ਨੰਬਰ 4 ਲਿਬਾਸ ਚੰਗਾ ਗੁੱਲ ਸੋਹਣੇ ਮਾਸ਼ਾਅੱਲਾ ਬਿਲਕੁਲ ਇੰਜੀ ਗੱਲ ਹੈ ਜੀ ਪਿਆਰੇ ਭਾਈ ਇੱਥੇ ਖਿਲਾ ਰਿਹਾ ਜ਼ਰਾ ਮੁਕੰਮਲ ਦੋਸਤਾਂ ਨੂੰ ਇਹਦੀ ਤਸੱਲੀ ਕਰਾਈਏ ਇਹ ਚੈੱਕ ਕਰੋ ਜੀ ਮੁਕੰਮਲ ਨਜ਼ਾਰਾ ਕਰਨਾ ਗਾਂ ਨੰਬਰ 4 ਕੱਦ ਬੁੱਤ ਦਾ ਵੇਖਣਾ ਹਾਈਟ ਚੰਗੀ ਪ੍ਰਿੰਟ ਸੋਹਣਾ ਮਾਸ਼ਾਅੱਲਾ ਇਹ ਚੈੱਕ ਕਰੋ ਜੀ ਇਹਨੂੰ ਕਹਿੰਦੇ ਨੇ ਤੋਹਫੇ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਕਾਲੇ ਗੁੱਲ ਮਾਸ਼ਾਅੱਲਾ ਚੀਜ਼ ਚੰਗੀ ਹੈ ਗਾਂ ਨੰਬਰ 4 ਚੋਲਸਤਾਨੀ ਤੇ ਫਰੀਜ਼ੀਅਨ ਫਰੀਜ਼ੀਅਨ ਤੇ ਚੋਲਸਤਾਨੀ ਮਾਸ਼ਾਅੱਲਾ ਚੈੱਕ ਕਰੋ ਜੀ ਅੱਜ ਤੋਂ ਪਹਿਲੇ ਵੀ ਦੋਸਤ ਹੈ ਜਿਹੜਾ ਕ੍ਰਾਸ ਹੈ ਇਸ ਬਰੀਡ ਦੀ ਜਾਨਵਰ ਵੇਖਦੇ ਨੇ ਮਾਸ਼ਾਅੱਲਾ ਲੇਕਿਨ ਇਹ ਚੀਜ਼ ਵੇਖਣੀ ਹੈ ਜੀ ਕਾਲੇ ਗੁੱਲ ਲੱਗੇ ਨੇ ਜਿਹਨੂੰ ਕਾਲਾ ਸਰ ਜੀ ਮੋਠਾ ਲਾ ਥਣ ਲੱਗੋ ਹੋਵੇ ਨਾ ਉਹਦਾ ਅਮੂਮਨ ਰੁਪਈਏ 20,000 ਵੱਧ ਆਉਂਦਾ ਇਮਾਨਦਾਰੀ ਸਰ ਗੁੱਲ ਵੀ ਬੜਾ ਕੁਛ ਦੋਸਤ ਥਣ ਵੇਖ ਕੇ ਜਿਹੜਾ ਨਾ ਜਾਨਵਰ ਬਾਜ਼ੁਕਾਤ ਨਹੀਂ ਲੈਂਦੇ ਜੀ ਥਣ ਛੋਟੇ ਨੇ ਹਾਂ ਜ਼ਿਆਦਾ ਦੋਸਤ ਬਾਈ ਕਾਲੇ ਗਾਂ ਵਗੈਰੀ ਸੀ ਕਾਲੇ ਥਣ ਲੱਗੇ ਨੇ ਉਹ ਜ਼ਿਆਦਾ ਪਸੰਦ ਕਰਦੇ ਕਿੰਨਵਾ ਸੂਆ ਭਾਈ ਹਰਮ ਤੇ ਕਿਦਨ ਦੀ ਸੂਈ ਜੀ ਦੂਸਰਾ ਸੂਆ ਬਾਈ ਜਾਨੋ ਇਸ ਨੂੰ ਅੱਜ ਸੂਇਓ ਜਾਂ ਦੂਸਰਾ ਦਿਹਾੜਾ ਦੂਸਰਾ ਦਿਨ ਨੇ ਦੂਸਰਾ ਹੀ ਸੂਆ ਮਾਸ਼ਾਅੱਲਾ ਜੀ ਕੀ ਬਾਤ ਹੈ ਪੂਰੀ ਨਵਾਬ ਤੇ ਲਾਜਵਾਬ ਚੀਜ਼ ਹੈ ਤੇ ਪਿੱਛੇ ਬੱਚਾ ਜੀ ਬੱਚਾ ਇਹ ਚੈੱਕ ਕਰ ਲਓ ਜੀ ਜੀ ਭਾਈ ਹਰਮ
ਇਹ ਬੋਲਾ ਕਿੰਨਾ ਦੇ ਰਹੀ ਹੈ? ਬੋਲਾ ਫਿਲਹਾਲ ਜਿਹੜਾ ਚੱਲਦਾ ਪਿਆ ਉਹ ਚੱਲਦਾ ਪਿਆ ਦੇ ਥੱਲੇ 23 ਲੀਟਰ ਦੀ। ₹6 ਲੱਖ ਪੂਰਾ ਇਮਾਨਦਾਰੀ ਦੀ ਗੱਲ ਇਹਦੇ ਮੂੰਹ ਤੋਂ ਜੁੜਦਾ ਹੈ। ਠੀਕ ਹੋ ਗਿਆ ਜੀ। ਇਹ ਜਿਹੜੀ ਆਉਂਦੀ ਨਾ ਨਸਲ, ਇਹ ਬੜੀ ਕੰਮ ਲੱਭਦੀ ਹੈ, ਬਹੁਤ ਜ਼ਿਆਦਾ ਕੰਮ ਲੱਭਦੀ ਜੀ। ਤੇ ਜਿਤਨੇ ਕੱਦ ਬੋਧੀ ਮਾਸ਼ਾਅੱਲਾ ਵੱਡੀ ਗਾਂ ਹੈ ਜੀ। ਜੀ ਜੀ। ਤੇ ਜਿਸ ਦੋਸਤ ਬਾਈ ਨੂੰ ਪਸੰਦ ਲੱਗੀ ਨਾ ਜੀ, ਉਹਨੂੰ ਇਹ ਫਾਈਨਲ ਦੇ ਦਿਸਾਂ ਜੀ। ਫਾਈਨਲ ਇੱਕਾ ਗੱਲ ਹੈ, 5,50,000 ਥੋੜੇ ਤੋਂ ਥੋੜਾ ਮਾਮੂਲੀ ਜਿਹਾ 35-36 ਲੀਟਰ ਦੁੱਧ ਗਾਂ ਕਰਸੀ। ਅੱਲਾ ਪਾਕ ਦੇ ਦਰ ਤੇ ਉਮੀਦ ਹੈ ਇਨਸ਼ਾਅੱਲਾ। ਇਨਸ਼ਾਅੱਲਾ ਇਤਨਾ ਸਾਡਾ ਵੀ ਤਜਰਬਾ ਹੈ। ਫਿਰ ਚੁਆਈ ਕੀਤੀ ਮਾਸ਼ਾਅੱਲਾ, ਫਿਰ ਉਗਲੀ ਵੇਖੋ ਨਾ ਗਾਂ ਉਗਲ ਕਰਦੀ। ਇਹ ਚੈੱਕ ਕਰੋ ਜੀ, ਗਵਾਲੀ ਕਰਦੀ, ਇਹ ਵੀ ਉਗਲ ਕਰਦੀ। ਬਿਲਕੁਲ ਜੀ ਜੀ ਹਾਂ। ਫਿਰ ਇਹਦਾ ਮਾਸ਼ਾਅੱਲਾ ਪੁੱਠਾ ਇੱਕ ਵਾਰੀ ਦੋਸਤਾ ਬਰਾਮਨ ਚੈੱਕ ਕਰਾ ਕੇ ਨਾ ਅਡਰ ਚੈੱਕ ਕਰਾਓ, ਇਹਦੀ ਟਾਈਮ ਵੇਖੋ ਨਾ। ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ, ਲਿਬਾਸ ਇੱਕ ਦਫਾ ਫਿਰ ਚੈੱਕ ਕਰ ਲੈਣਾ। ਇਹ ਗਾਂ ਨੰਬਰ 4 ਸੀ, ਸੋਰੀ ਫਰੀਜ਼ੀਅਨ ਤੇ ਚੋਲਸਤਾਨੀ ਪਿੱਛੇ ਦੇ ਬੱਚਾ, ਉਹ ਵੀ ਚੈੱਕ ਕਰੋ ਮਾਸ਼ਾਅੱਲਾ ਜੀ। ਸਿਹਤਮੰਦ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ। ਦੂਸਰਾ ਇਨਸ਼ਾਅੱਲਾ ਇਨਸ਼ਾਅੱਲਾ ਨਾ ਜੀ, ਅੱਲਾ ਪਾਕ ਖੈਰ ਕੀਤੀ ਇਨਸ਼ਾਅੱਲਾ। ਅੱਲਾ ਪਾਕ ਤੇ ਦਰ ਤੇ ਉਮੀਦ ਬੜੀ ਹੈ ਕਿ ਇਹ ਗਾਂ ਇੱਕ ਇਹ ਗਾਂ ਚੈੱਕ ਕਰੋ। ਜ਼ਿੰਦਾਬਾਦ। ਲਓ ਦੋਸਤੋ ਚੈੱਕ ਕਰੋ ਜੀ, ਗਾਂ ਨੰਬਰ 5, ਹਾਈਟ ਦੀ ਵੇਖਣੀ ਹੈ, ਲਿਬਾਸ ਚੰਗਾ, ਸਿਹਤ ਚੰਗੀ ਮਾਸ਼ਾਅੱਲਾ ਜੀ, ਪੂਰੀ ਪਹਿਲਵਾਨ ਤੇ ਨਵਾਬ ਚੀਜ਼ ਹੈ, ਗੱਬਣ ਹੈ ਤੇ ਲਾਮ ਦੀ ਚੈੱਕ ਕਰਨੀ ਮਾਸ਼ਾਅੱਲਾ। ਇਹ ਚੈੱਕ ਕਰ ਲਓ ਜੀ, ਜਿਹੜੀਆਂ ਦੁੱਧ ਵਾਲੀਆਂ ਵੇਨਸ ਨੇ ਨਾੜਾਂ, ਉਹ ਵੀ ਨਜ਼ਰ ਆਉਂਦੀਆਂ ਨੇ। ਗੱਬਣ ਹੈ ਭਾਈ ਹੋਰਮ ਜੀ, ਇਹ ਕਿੰਨੇ ਦਿਨ ਲੈ ਰਹੀ ਹੈ, ਕਿੰਨਵਾਂ ਸੋਆ ਦਾ ਜੀ? ਦੂਸਰਾ ਵਾਰਾ ਜੀ। ਦੂਸਰਾ ਸੋਆ ਸੋਣਾ, ਦਿਨ ਕਿੰਨੇ ਲੈ ਰਹੀ ਹੈ? ਮੂੰਹ ਚ ਛਿੱਗੀ ਹੈ, ਦਿਨ ਇਸ ਲੈ ਬਣ ਆਰਾਮ ਦੇ 8-9 ਦਿਨ। ਠੀਕ ਹੈ, 8-9 ਦਿਨ ਲੈ ਰਹੀ ਹੈ, 6 ਦੰਦ ਮਾਸ਼ਾਅੱਲਾ। ਇਹ ਚੈੱਕ ਕਰੋ ਜੀ, ਕਿੰਨੀ ਜਗ੍ਹਾ ਲੈ ਜੀ? ਠੀਕ ਹੈ, 6 ਦੰਦ ਮਾਸ਼ਾਅੱਲਾ ਜੀ, ਕੱਦਾਵਰ ਤੇ ਸਿਹਤਮੰਦ, ਪੂਰੀ ਪਹਿਲਵਾਨ ਚੀਜ਼। ਦੂਸਰਾ ਸੂ ਹੈ, 6 ਦੰਦ ਮਾਸ਼ਾਅੱਲਾ, ਹਾਈਟ ਦੀ ਵੇਖ ਲੈਣੀ ਹੈ। ਇਹ ਚੈੱਕ ਕਰ ਲਓ ਜੀ, ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ। ਠੀਕ ਹੈ, ਤੇ ਕੰਨ ਜ਼ਰਾ ਚੈੱਕ ਕਰੋ ਜੀ, ਕਿੱਡੀ ਵੱਡੀ ਚੀਜ਼ ਹੈ ਤੇ ਕੰਨ ਐਵੇਂ ਛੋਟੇ ਛੋਟੇ। ਠੀਕ ਹੈ ਭਾਈ ਜੰਟ ਹੋ ਰਿਹਾ, ਕੀ ਨਸਲ ਹੈ ਭਾਈ ਹੋਰਮ ਦੀ? ਚੋਲਿਸਤਾਨੀ ਫਰੀਜ਼ੀਅਨ। ਫਰੀਜ਼ੀਅਨ ਤੇ ਚੋਲਿਸਤਾਨੀ, ਠਿੰਮ ਕੇ ਛੋਟੇ ਛੋਟੇ। ਬਿਲਕੁਲ ਜੀ, ਇਹ ਚੈੱਕ ਕਰ ਲਓ ਜੀ, ਇਹ ਦੂਸਰਾ ਸੂਆ ਨੇ ਸੁਣਿਆ ਮਾਸ਼ਾਅੱਲਾ ਜੀ, 6 ਦੰਦ ਫਰੀਜ਼ੀਅਨ ਤੇ ਚੋਲਿਸਤਾਨੀ, ਗਾਂ ਨੰਬਰ 5 ਸੀ ਜੀ। ਭਾਈ ਹੋਰਮ, ਗਾਂ ਨੰਬਰ 5 ਦਾ ਰੇਟ ਜੀ? ਰੇਟ ਇਹਦਾ ਕੋ ਨਹੀਂ ਕਰਨਾ, ਸਾਰੇ ਗਾਂ ਸਾਡੀ ਹੈ ਕੱਚੀ। ਠੀਕ ਹੈ ਜੀ, ਗਾਂ ਇਨਸ਼ਾਅੱਲਾ ਪੂਰੇ 7 ਲੱਖ ਦੀ ਹੈ। ਠੀਕ ਹੋ ਗਿਆ ਜੀ, ਤੇ ਗਾਂ ਕੱਚੀ ਹੈ, ਗਾਂ ਤਿਆਰ ਹੋਈ। ਜਿਸ ਦੋਸਤ ਬਾਈ ਹੁਣ ਵੀ ਮੰਗੀ, ਤਿਆਰ ਹੋਈ, ਵੱਧ ਵੀ ਮੰਗੀ, ਇਨਸ਼ਾਅੱਲਾ ਦੇ ਸਾਹ ਬਕਾਇਆ ਅੱਲਾ ਤੇ ਦਰ ਤੇ ਉਮੀਦ ਬੜੀ ਹੈ। ਇਹ ਇਨਸ਼ਾਅੱਲਾ ਇਨਸ਼ਾਅੱਲਾ ਹਾਜੀ ਸਾਹਿਬ ਦੇ ਫਾਰਮ ਵਿੱਚ ਦੇਣੀਆਂ ਇਨਸ਼ਾਅੱਲਾ। ਇਨਸ਼ਾਅੱਲਾ ਜੀ, ਇਨਸ਼ਾਅੱਲਾ ਉਮੀਦ ਬੜੀ ਅੱਲਾ। ਚਲੋ ਅੱਲਾ ਹੈ ਰੱਖੇ ਮਾਸ਼ਾਅੱਲਾ ਜੀ, ਆਈ ਸਾਹਿਬ ਦੀ ਕੋਸ਼ਿਸ਼ ਹੈ ਕਿ ਚੀਜ਼ਾਂ ਅੱਛੀਆਂ ਤੇ ਆਲਰੇਡੀ ਚੀਜ਼ਾਂ ਇੱਥੇ ਅੱਛੀਆਂ ਨੇ। ਉਹਦਾ ਆਪਣਾ ਰਿਕਾਰਡ ਹੈ ਜੀ ਹਾਜੀ ਸਾਹਿਬ ਆਣਾ, ਤੇ ਉਹ ਚੀਜ਼ ਜਿਹੜੀ ਵੀ ਲੈਂਦੇ ਨਾ, ਕੁਆਲਿਟੀ 6 ਨੰਬਰ ਲੈਂਦੇ ਨੇ, ਬ੍ਰਾਂਡ ਹੈ ਉਹਨਾਂ ਦਾ। ਜ਼ਿੰਦਾਬਾਦ। ਇਨਸ਼ਾਅੱਲਾ ਕਦੀ ਮੈਂ ਤੁਹਾਡੀ ਨਾ ਮੁਲਾਕਾਤ, ਤੁਸੀਂ ਵੀ ਜਿਉਂਦੇ ਹੋ ਇਨਸ਼ਾਅੱਲਾ ਆਉਣਾ ਜੀ, ਮੈਂ ਤੁਹਾਡੀ ਮੁਲਾਕਾਤ ਇਨਸ਼ਾਅੱਲਾ ਹਾਜੀ ਸਾਹਿਬ ਹੋਰਾਂ ਨਾਲ ਕਰਾਂ ਇਨਸ਼ਾਅੱਲਾ ਸਰ। ਅੱਲਾ ਹੈ ਰੱਖੇ, ਬਹੁਤ ਨਾ। ਇਹ ਗਾਂ ਨੰਬਰ 5 ਸੀ, ਇਹ ਅੱਗੋਂ ਆ ਗਈ। ਇਹ ਸਰ ਹੈ ਨਾ, ਇਹ ਜਿਹੜੀ ਚੀਜ਼ ਹੈ ਜਿਹੜੀ ਮਾਸ਼ਾਅੱਲਾ। ਦੂਸਰਾ ਵਾਰਾ ਜ਼ਿਮੀਦਾਰਾਂ ਦੇ ਡੇਰੇ ਤੋਂ ਖਰੀਦੀ ਹੋਈ ਹੈ, ਤੇ ਜਿਹੜੇ ਅੰਦਰ ਆਉਂਦੀ ਨਾ ਮੋਹਰ,
ਉਦੋਂ ਅੱਗੇ ਜਿਹੜੀ ਸੂਰਤ ਹਾਲ ਸਮਝਾ ਦਿੱਤੀ ਹੈ ਜੀ, ਤੇ ਇਨਸ਼ਾਅੱਲਾ ਇਨਸ਼ਾਅੱਲਾ ਗਾਂ ਹਿੱਟ ਨੰਬਰ ਇੱਕ ਨੰਬਰ ਸੀ ਇਨਸ਼ਾਅੱਲਾ ਜ਼ਿੰਦਾਬਾਦ। ਅੱਗੋਂ ਆ ਗਈ ਜੀ ਗਾਂ ਨੰਬਰ 6। ਲੋ ਜੀ ਦੋਸਤੋ ਮਾਸ਼ਾਅੱਲਾ ਚੈੱਕ ਕਰ ਲਓ ਜੀ ਗਾਂ ਨੰਬਰ 6 ਮੁਕੰਮਲ ਹਾਈਟ ਪ੍ਰਿੰਟ ਸੋਹਣਾ ਮਾਸ਼ਾਅੱਲਾ ਚੈੱਕ ਕਰੋ ਜੀ ਕਿੰਨੀ ਖੂਬਸੂਰਤ ਚੀਜ਼ ਹੈ। ਗਾਂ ਹਸਨ ਨੂੰ ਦਿੱਤੀ, ਇਹ ਹਸਨ ਸਾਹਿਬ ਨੇ ਸੇਲ ਹੋ ਗਈ ਹੈ ਐ ਜਿਨ੍ਹਾਂ ਦਾ ਜ਼ਿਕਰ ਕੀਤਾ ਵੀਡੀਓ ਦੇ ਆਗਾਜ਼ 'ਚ ਭਾਈ ਹਸਨ ਨੇ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨੇ ਆ ਜੀ। ਕੋਈ ਇਤਮਾਦ ਕਰ ਤੇ ਲਈ ਜੀ ਉਹ ਆਏ ਨਹੀਂ ਹੈ, ਇਸ ਤੋਂ ਪਹਿਲੇ ਵੀ ਯਾਨੀ ਕਿ ਉਹਨਾਂ ਇੱਕ ਦੋ ਜਾਨਵਰ ਖਰੀਦਿਆ। ਠੀਕ ਹੈ, ਫਿਰ ਜਾਨਵਰ ਲਿਆ ਨੇ ਜੀ, ਇੱਕ ਜਾਨਵਰ ਲਿਆ ਨੇ ਉਹ ਯਾਨੀ ਮਜ਼ਾ ਆਇਆ ਤੇ ਦੂਸਰਾ ਖਰੀਦਿਆ, ਹੁਣ ਦੂਸਰਾ ਲਿਆ ਨੇ ਤੇ ਬਾਅਦ ਉਹਨਾਂ ਨੇ ਪਹਿਲੇ ਟੋਕਨ 3000 ਸਨ ਦਿੱਤੋ ਹੋਇਆ ਕਿ ਤੁਸੀਂ ਜਿਹੜੀ ਗਾਂ ਚੰਗੀ ਆਉਂਦੀ ਵੇਣੀ ਉਹ ਮੇਰੀ ਕਰ ਦੇਣੀ। ਠੀਕ ਹੈ, ਇਹ ਸੇਲ ਹੋ ਗਈ ਹੈ ਗਾਂ ਨੰਬਰ ਤੋਂ ਪੁੱਛਿਆ ਕਿ ਤੁਹਾਡੀ ਕਰ ਦੇਈ, ਉਹਨਾਂ ਕਿਹਾ ਜੀ ਸਾਡੀ ਕਰ ਦਿਓ। ਠੀਕ ਹੈ, ਇਹ ਭਾਈ ਹਸਨ ਨੇ ਜੀ ਇਹ ਉਹਨਾਂ ਖਰੀਦੀ ਹੈ, ਸੇਲ ਹੋ ਗਈ ਗਾਂ ਨੰਬਰ 6। ਠੀਕ ਹੈ, ਪਿੱਛੇ ਜਾ ਕੇ ਪਿੱਛੇ ਦੇ ਬੱਚਾ ਉਹ ਕਾਲੀ ਨਾਪ ਲਿਆ ਭਾਈ, ਤੁਸੀਂ ਇਹ ਗੋਲ ਹੈ ਉਹ। ਲਓ ਜੀ ਦੋਸਤੋ ਇਹ ਸੇਲ ਹੋ ਗਈ, ਨਸਲ ਕੀ ਸੀ ਭਾਈ ਹੋਰਾਂ ਦੀ ਜੀ? ਨਸਲ ਸਾਡੀ ਦੀ ਚੋਲਿਸਤਾਨੀ ਫਰੀਜ਼ੀਅਨ ਆਈ, ਫਰੀਜ਼ੀਅਨ ਤੇ ਚੋਲਿਸਤਾਨੀ, ਗੁੱਲ ਸੋਹਣੇ ਲੱਗੇ ਨੇ ਮਾਸ਼ਾਅੱਲਾ। ਇਹ ਚੈੱਕ ਕਰ ਲਓ ਜੀ, ਇਹ ਸੇਲ ਹੋ ਗਈ ਹੈ ਗਾਂ ਨੰਬਰ 6। ਅੱਗੋ ਭਾਈ ਲਿਆਓ ਜੀ ਗਾਂ ਨੰਬਰ 7, ਜ਼ਰਾ ਦਾ ਵੀ ਸ਼ੁੱਕ ਕਰਾ ਦਿੰਦੇ ਹਾਂ। ਇਹ ਚੈੱਕ ਕਰ ਲਓ ਪਿੱਛੇ ਜਾ ਕੇ ਇਹਦੇ ਬੱਚਾ ਜੀ, ਬੱਚਾ ਜੀ। ਠੀਕ ਹੈ, ਪਿੱਛੇ ਇਹਦੇ ਬੱਚਾ ਮਾਸ਼ਾਅੱਲਾ। ਇਹ ਜਿਹੜੀ ਗਾਂ ਹੈ ਨਾ ਸੱਚੀ, ਜਿਹਦੇ ਕੋਲ ਇਸ ਟਾਈਮ ਹਾਜ਼ਰ ਮੌਕੇ ਤੇ ਹੁਣ ਫਿਲਹਾਲ ਦੀ ਗੜੀ ਉਹ ਚੱਲਦਾ ਪਿਆ 20-22 ਲੀਟਰ ਦੁੱਧ ਦੀ, ਪੂਰੇ 5 ਲੱਖ ਦੀ ਦਿੱਤੀ ਹੈ ਮਾਸ਼ਾਅੱਲਾ। ਉਹ ਵੀ ਇੰਜ ਹੀ ਕਿ ਪੱਕੇ ਗਾਹਕ ਇਹਨੂੰ, ਬਸ ਸਾਡੇ ਨਾਲ ਚੱਲਦੇ ਰਹਿਣ। ਚਲੋ ਜੀ, ਪਿਆਰ ਮੁਹੱਬਤ ਨਾਲ ਹੀ ਚੁਆਈ ਹੋ ਗਈ। ਠੀਕ ਹੈ, ਚੁਆਈ ਹੋ ਗਈ। ਠੀਕ, ਇਹ ਚੈੱਕ ਕਰ, ਅਸੀਂ ਚੁਆਈ ਕਰ ਦਿੱਤੀ ਬਿਲਕੁਲ ਕਲੀਅਰ ਹੋ, ਅੱਲਾ ਦਾ ਸ਼ੁਕਰ ਹੈ ਬਿਲਕੁਲ। ਅੱਗੋਂ ਆ ਗਈ ਜੀ ਗਾਂ ਨੰਬਰ 7। ਲੋ ਇਹਦੋਂ ਹਾਈ ਲੈਵਲ, ਇਹ ਚੈੱਕ ਕਰੋ ਮਾਸ਼ਾਅੱਲਾ ਜੀ ਬਿਲਕੁਲ ਤਦਕ ਸੁਣ ਨਹੀਂ। ਠੀਕ ਹੈ, ਇਹ ਇਹ ਕਿੰਨਵਾਂ ਸੁਆ ਇਹਦਾ? ਦੂਜਾ ਸੁਆ ਸਰ। ਠੀਕ ਹੈ, ਇਹ ਚੈੱਕ ਕਰ ਲਓ ਜੀ। ਚਲੋ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਆ, ਸੁਣਦੀ ਹੈ ਪਿਓ ਚੁਆਈ ਪਹਿਲੇ ਇਮਾਨਦਾਰੀ ਦੀ ਗੱਲ ਕੀਤੀ ਹੈ ਤਾਂ ਬੈਠੀ। ਠੀਕ ਹੈ, ਦੂਸਰਾ ਸੁਆ ਇਹਦਾ? ਦੂਜਾ ਸੁਆ। ਠੀਕ ਹੈ, ਕਾਲੇ ਗੁੱਲ ਲੱਗੇ ਨੇ ਮਾਸ਼ਾਅੱਲਾ। ਇਹ ਚੈੱਕ ਕਰ ਲਓ ਜੀ, ਦੂਸਰਾ ਸੁਆ ਸੁਣਦੀ ਹੈ ਭਾਈ। ਇਹ ਚੈੱਕ ਕਰ ਲਓ ਜੀ, ਤੇ ਦੋਸਤ ਹੁਣ ਫੋਨ ਤੇ ਪੁੱਛਣ ਦੇ ਕਿ ਜਾ ਨੇ ਕੀ ਦਿੱਤਾ, ਬੱਚਾ ਜਾਂ ਵੱਛੀ। ਨਸਲ ਹੈ ਜੀ ਭਾਈ ਹੁਰਮ ਜੀ? ਨਸਲ ਇਹਦੀ ਜਰਸੀ ਹੈ ਜੀ, ਜਰਸੀ। ਇਹ ਚੈੱਕ ਕਰ ਲਓ ਜੀ, ਜਰਸੀ ਨਸਲ, ਇਹ ਮਾਸ਼ਾਅੱਲਾ ਪ੍ਰਿੰਟ ਸੋਹਣਾ। ਇਹ ਦੂਸਰਾ ਸੁਆ ਸੁਣਦੀ ਹੈ ਭਾਈ। ਦੋਸਤ ਫੋਨ ਤੇ ਰਾਬਤਾ ਕਰ ਸਕਦੇ ਨੇ, ਕਿਉਂਕਿ ਵੀਡੀਓ ਅਪਲੋਡ ਹੋਣ ਤੱਕ ਇਨਸ਼ਾਅੱਲਾ ਉਮੀਦ ਹੈ ਕਿ ਇਹ ਡਿਲੀਵਰੀ ਇਹਦੀ ਹੋਈ ਜਾਣੀ ਹੈ ਇਨਸ਼ਾਅੱਲਾ। ਡਿਲੀਵਰੀ ਵੀ ਹੋਵੇਣੀ ਤੇ ਫਿਰ ਗਾਂ ਦਾ ਜੀ ਨਸਲ ਚੈੱਕ ਕਰਾਓ। ਠੀਕ ਹੈ ਮਾਸ਼ਾਅੱਲਾ, ਇਹ ਚੈੱਕ ਕਰੋ ਜੀ, ਕਾਲੇ ਗੁੱਲ ਲੱਗੇ ਨੇ। ਇਹ ਚੈੱਕ ਕਰ ਲਓ ਜੀ ਮਾਸ਼ਾਅੱਲਾ, ਚੀਜ਼ ਚੰਗੀ ਹੈ। ਇਹ ਕਿੰਨੇ ਦੰਦ ਦੇ ਭਾਈ ਹੁਰਮ ਹੈ ਜੀ? ਇਹ 6 ਦੰਦ ਦੇ, 6 ਦੰਦ। ਠੀਕ ਹੈ ਜੀ ਭਾਈ ਹੁਰਮ, ਕੀ ਰੇਟ ਇਹਦਾ ਜੀ? ਠੀਕ ਹੈ ਭਾਈ, ਬੰਨੋ ਸੁ ਇਹ ਦੇ ਦਸਾ ਸਕੀ ਜਿਸ ਦੋਸਤ ਭਾਈ ਨੂੰ ਪਸੰਦ ਹੋਈ ਨਾ ਜੀ, ਪੂਰੇ 4.5 ਲੱਖ ਦੇ ਕਾਰੋਬਾਰ ਵਿੱਚ ਅੱਲਾ ਪਾਕ ਬਰਕਤ ਦੇਵੇ ਜੀ, ਆਮੀਨ। ਤੇ ਬਕਾਇਆ ਜਿਹੜਾ ਆਪਣਾ ਦੂਸਰਾ ਹੈ ਕਿ ਕਾਲ ਵਾਲਾ ਸਿਸਟਮ, ਇਹ ਕਦੀ ਇਮਰਾਨ ਖਾਨ ਜਿਹੜਾ ਨਹੀਂ ਜੀ 1 ਮਿੰਟ 10 ਰੁਪਈਏ ਕਰ ਛੱਡਦਾ ਜੀ, ਉਹਦੀ ਮਿਹਰਬਾਨੀ ਆਈ ਜੀ। ਸੰਤ ਜਿਹੜੇ ਕਾਲ ਨਹੀਂ ਵੈਸੇ ਦੋਸਤ ਬਾਈ ਹੰਝੇ ਜ਼ਲੀਲ ਕੀਤੀ ਰੱਖਦੇ ਜੀ, ਖਾ ਮਖਾ ਨਾ ਲੈਣਾ ਤਾਂ ਨਾ ਕੋਈ ਦੇਣਾ ਜੀ। ਚਲੋ ਅੱਲਾ ਹੈ ਰੱਖੇ, ਕੁਛ ਸ਼ੋਕ ਰੱਖਣ ਵਾਲੀ ਵੀ ਹੁੰਦੇ ਨੇ, ਚੀਜ਼ ਨਹੀਂ ਸਰ ਇਹ ਬਹੁਤ ਹਾਈ ਲੈਵਲ ਦੀ। ਠੀਕ ਹੈ, ਲੋ ਜੀ ਦੋਸਤੋ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ, ਇਜਾਜ਼ਤ ਲਈ ਸ਼ੌਕ ਨਾਲ ਵੀ ਸਰ ਜੀ ਕਾਲ ਬੰਦਾ ਕਰੇ ਤਾਂ ਅਸੀਂ ਸੁਣਨ ਤਮੀਰ ਕਰਦੇ ਹਾਂ। ਜਿਸ ਗਾਂ ਹੀ ਇੱਕ ਹੋਰ ਸਿਸਟਮ ਹੈ ਜੀ, ਰਾਤ ਨੂੰ ਹੁਣ 12-1 ਵਜੇ ਤੁਕ ਤੇ ਨਹੀਂ ਹੈ ਨਾ ਮੋਬਾਈਲ ਤੇ ਕਾਲ ਕਰੋ। ਹਾਂਜੀ ਸਰ, ਉਹ ਫਿਰ ਹਾਂਜੀ ਉਹ ਹੀ ਮੈਂ ਗੱਲ ਕਰਦਾ ਪਿਆ ਕਿ ਉਹਨਾਂ ਵਾਸਤੇ ਵੀ ਮਿਹਰਬਾਨੀ ਕਰਾਂ, ਕੋਈ ਵੇਖ ਤੱਕ। ਚਲੋ ਜੀ, ਅੱਲਾ ਜ਼ਾਤ ਹਦਾਇਤ ਦੇ। ਤੇ ਹੁਣ ਜਿਸ ਟਾਈਮ ਅੱਗੋਂ ਦੁਬਾਰਾ ਇਨਸ਼ਾਅੱਲਾ ਜੀ ਜਿਹੜਾ ਆਨ ਹੁੰਦਾ ਤੇ ਬਾਅਦ ਹਰ ਬੰਦੇ ਨੂੰ ਗੱਲਾਂ ਬਾਤਾਂ ਸੁਣਾਉਂਦੇ ਹਾਂ ਜੀ। ਦੂਸਰਾ ਇਨਸ਼ਾਅੱਲਾ ਇਹ ਜਿਹੜੀ ਚੀਜ਼ ਹੈ ਨਾ ਜੀ, ਇਹ ਆਮ ਰੂਟੀਨ ਨਾਲ 35-36 ਜੀ ਇਨਸ਼ਾਅੱਲਾ ਨਹੀਂ ਛੁੜੇਂਦੀ ਗਾਂ ਤੋਂ ਜੀ, ਇਨਸ਼ਾਅੱਲਾ ਪੂਰੀ ਹੈ ਮਾਸ਼ਾਅੱਲਾ। ਠੀਕ, ਮੁਕੰਮਲ ਪੂਰੀ ਹੈ ਜੀ। ਤੇ ਫਾਈਨਲ ਰੇਟ ਵੀ ਵੇ ਲਿਓ, ਬੜਾ ਪਿਆਰ ਮੁਹੱਬਤ ਵਾਲਾ ਮੁਨਾਸਬ ਜੀ ਆ। ਮਨ ਪਿੱਛੋ ਇਹ ਸਮਝੋ ਕਿ ਦੋਸਤ ਭਾਈ ਹੈ, ਉਸੀ ਭੇਜੀ ਮੇਰੀ ਕਰਕੇ ਵੇਚ ਦੇ। ਮੈਂ ਉਹਨੂੰ ਪੁੱਛਿਆ ਕਿਤਨੇ ਦੀ, ਉਹ ਸਕੇ ਯਾਰ 4.5 ਦੀ ਫਾਈਨਲ ਦੇ ਛੱਡੀ। ਮੈਂ ਉਹ ਵੇਖ ਲਿਓ ਰੇਟ 4.5 ਹੀ ਤੁਹਾਨੂੰ ਆਖਿਆ।
ਤੇ ਦੂਆ ਠੀਕ ਜੀ ਸਭ ਦੋਸਤਾਂ ਸਾਲਾਂ ਮਿੰਟ ਚੇਂਜ ਲੱਗਦਾ ਬੁਲਵਾਲ ਬੁਲਵਾਲ ਦੇ ਨਾਲ ਹੀ ਅੱਗੇ 18 ਨਹਿਰ ਦਾ ਪੁੱਲ ਅੰਦਰ ਤੇ 1 ਕਿਲੋਮੀਟਰ ਦੇ ਉੱਤੇ ਮਜ਼ੀਦ ਨੰਬਰ ਆਉਂਦਾ ਤੇ ਮਿਹਰਬਾਨੀ ਸਾਥ ਸ਼ੁਕਰੀਆ ਜੀ ਭਾਈ ਰੰਬੋ ਸ਼ੁਕਰੀਆ ਜੀ ਅੱਲਾਹ ਹਾਫਿਜ਼।